ਭਾਈ ਦ ਬਿੱਲ ਦੈਟ ਵਾਸ ਜੋ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਸੀ ਤਾਂ ਕਿਸਾਨ ਮਾਰੂ ਔਰ ਪੰਜਾਬ ਮਾਰੂ ਅਸੀਂ ਕਈ ਵਾਰ ਕਿਹਾ ਕਿ ਇਹ ਗੱਲਾਂ ਹੋਈਆਂ ਨੇ ਕਿਸਾਨ ਨਾ ਨਾ ਵੈਨ ਵੀ ਹੈਵ ਮੋਡੀਫਾਈਡ ਦੈਟ ਐਂਡ ਮੇਡ ਇਟ ਸਾਰੀ ਬਿੱਲ ਆਫ ਪੰਜਾਬ ਅਸੈਂਬਲੀ ਦੇ ਵਿੱਚੋਂ ਜੋ ਅੱਜ ਕੱਲ੍ਹ ਲੋਕ ਬੋਲੇ ਨੇ ਹਰ ਪਾਰਟੀ ਬੋਲੀ ਹੈ ਇਟ ਸ਼ੋਜ਼ ਕਿ ਪੰਜਾਬ ਦੀ ਆਵਾਜ਼ ਹੈ ਐਂਡ ਜੋ ਉਸ ਨੂੰ ਐਕਸੈਪਟ ਕਰਨਾ ਚਾਹੀਦਾ ਇਟ ਇਜ਼ ਅ ਸਟੇਟ ਸਬਜੈਕਟ ਐਗਰੀਕਲਚਰ ਸਾਡਾ ਫਰਜ਼ ਬਣਦਾ ਆਪਣਾ ਕਾਨੂੰਨ ਬਣਾਉਣਾ ਗਵਰਨਮੈਂਟ ਸਾਡੇ ਅਧਿਕਾਰ ਨਹੀਂ ਲੈ ਸਕਦੀ ਗਵਰਨਮੈਂਟ ਆਫ ਇੰਡੀਆ ਸਰ ਕੇਜਰੀਵਾਲ ਕੋ ਵੀ ਇਸਕਾ ਅਨੁਸਰਨ ਕਰਨਾ ਚਾਹੀਏ ਦਿੱਲੀ ਮੇ ਕਿਉਂਕਿ ਕਹਾ ਜਾ ਰਹਾ ਹੈ ਕਿ ਆਮ ਆਦਮੀ ਪਾਰਟੀ ਵੈਲ ਆਮ ਆਦਮੀ ਪਾਰਟੀ ਪਹਿਲਾਂ ਆਪਣਾ ਉਹਨਾਂ ਦੇ ਬੈਠੇ ਹੈ ਉਹ ਪਾਸ ਕਰਨ ਦਿੱਲੀ ਅਸੈਂਬਲੀ ਦਿੱਲੀ ਅਸੈਂਬਲੀ ਮਿਸਟਰ ਕੇਜਰੀਵਾਲ ਸ਼ੁਡ ਆਲਸੋ ਪਾਸ ਇਟ ਉਹਨਾਂ ਕੋਲ ਵੀ ਐਗਰੀਕਲਚਰ ਹੈ ਸਰ ਅਗਰ ਗਵਰਨਰ ਅਸੈਂਟ ਨਹੀਂ ਦਿੱਤਾ ਪ੍ਰੈਜ਼ੀਡੈਂਟ ਆਫ ਇੰਡੀਆ ਅਸੈਂਟ ਨਹੀਂ ਦਿੱਤਾ ਦੈਨ ਵਟ ਇਜ਼ ਦ ਲੀਗਲ ਆਪਸ਼ਨ ਫॉर देयर आर ਪਲੈਂਟੀ ਆਫ ਲੀਗਲ ਆਪਸ਼ਨ ਵਾਈ ਸ਼ੁਡ ਵੀ ਥਿੰਕ ਦੇਖੋ ਜਿੱਥੇ ਤਾਈਂ ਗਵਰਨਰ ਸਾਹਿਬ ਦਾ ਸਵਾਲ ਹੈ ਪੂਰੇ ਪੰਜਾਬ ਦੀ ਆਵਾਜ਼ ਉਹਨਾਂ ਕੋਲ ਪਹੁੰਚ ਗਈ ਸਾਰੇ ਪਾਰਟੀਜ਼ ਉੱਥੇ ਗਈਆਂ ਸੀ ਹੀ ਵਿਲ ਪਾਸ ਇਟ ਔਨ ਟੂ ਦ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਕੈਨੋਟ ਇਗਨੋਰ ਦ ਵਿਲ ਆਫ ਸਮ ਆਫ ਦ ਪੀਪਲ ਆਫ ਪੰਜਾਬ ਆਫ ਇੰਡੀਆ ਔਰ ਜੋ ਕਿਸਾਨੀ ਹੈ ਕਿਸਾਨੀ 85% ਆਫ ਇੰਡੀਆ ਕੈਸੇ ਕਿਸਾਨੀ ਕੀ ਵਿਊਜ਼ ਇੱਕ ਤਰਫ ਕਰ ਸਕਤੇ ਹੈ ਔਰ ਸਰ ਜੋ ਪ੍ਰੈਜ਼ੀਡੈਂਟ ਰੂਲ ਕੀ ਬਾਤ ਕੀ ਜਾ ਰਹੀ ਹੈ ਕਿ ਦੈਟ ਦੇ ਵਿਲ ਆਪਨੇ ਖੁਦ ਕਹਾ ਕਿ ਮੈਂ ਓ ਯਾਰ ਆਈ ਡੋਨਟ ਕੇਅਰ ਅਬਾਊਟ ਪ੍ਰੈਜ਼ੀਡੈਂਟ ਰੂਲ ਯੂ ਵਾਂਟ ਟੂ ਬ੍ਰਿੰਗ ਪ੍ਰੈਜ਼ੀਡੈਂਟ ਰੂਲ ਬ੍ਰਿੰਗ ਪ੍ਰੈਜ਼ੀਡੈਂਟ ਰੂਲ ਯੂ ਵਾਂਟ ਟੂ ਸੈਕ ਮਾਈ ਗਵਰਨਮੈਂਟ ਸੈਕ ਮਾਈ ਗਵਰਨਮੈਂਟ ਆਈ ਡੋਨਟ ਗਿਵ ਅ ਡੈਮ ਆਪਨੇ ਕਹਾ ਕਿ ਰੈਜ਼ਿਗਨੇਸ਼ਨ ਹੈ ਕਿ ਜੋ ਹੋਰ ਸਟੇਟਸ ਹੈ ਸਰ ਕਾਂਗਰਸ ਆਈ ਐਮ ਡੂਇੰਗ ਐਵਰੀਥਿੰਗ ਫਾਰ ਦ ਫਾਰਮਰਸ ਆਫ ਦਿਸ ਸਟੇਟ ਸਰ ਕਾਂਗਰਸ ਐਂਡ ਥਰੂ ਦਿਸ ਟੂ ਦ ਫਾਰਮਰਸ ਆਫ ਦ ਕੰਟਰੀ ਦਿਸ ਇਜ਼ ਨਾਟ ਓਨਲੀ ਲਿਮਿਟਿਡ ਟੂ ਪੰਜਾਬ It goes to UP, it goes to Bihar, it goes to Madhya Pradesh, it goes to Haryana, it goes to Rajasthan, it goes to every state jo kanoon assi banaya hai. So that is what I don't care. If they want to dismiss our government, they can dismiss it. Desh videsh ki tamam khabron se jude rehne ke liye subscribe kare Sach Kahun aur bell icon press karke paye har latest update sabse pehle.